ਸੋ ਇੱਕ ਜੇਕਾਰਾ ਪਹਿਲਾਂ ਜਿੰਨੀਆਂ ਵੀ ਸੰਗਤਾਂ ਮੇਰਾ خیال ਵਿੱਚ ਘਰੇਲੂ ਗੱਲਾਂ ਦੇ ਵਿੱਚ ਜੁੜੀਆਂ ਹੋਈਆਂ ਜੋ ਬੋਲੇ ਸੋ ਨਿਰਪੈ ਸੋ ਬੇਨਤੀ ਹੈ ਕਿ ਆਪਾਂ ਉਸ ਮਹਾਨ ਰਹਿਬਰ ਜਿਸ ਇਨਸਾਨ ਨੇ ਪਰਮ ਪਿਤਾ ਸਤਗੁਰੂ ਸਵਾਮੀ ਸਾਹਿਬ ਸਤਗੁਰੂ ਅਰਬਦਾਸ ਮਹਾਰਾਜ ਜੀ ਨੇ 151 ਸਾਲ 8 ਮਹੀਨੇ 22 ਦਿਨ ਇਸ ਸਮਾਜ ਦੇ ਲਈ ਲਗਾਇਆ ਉਨਾ ਦੇ ਮੁਖਾਰਮੇ ਤੋਂ ਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਸਾਡੇ ਵਿੱਚ ਸਿ ਸ਼ੋਭਤ ਹੈ ਸੋ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਹਾਂ ਉਸ ਮਹਾਨ ਰਹਿਬਰ ਜਿਸ ਇਨਸਾਨ ਨੇ ਉਸ ਵਕਤ ਇਸ ਸੰਸਾਰ ਦੇ ਉੱਤੇ ਜਨਮ ਧਾਰਿਆ ਕਿ ਜਦੋਂ ਇਸ ਸੰਸਾਰ ਦੇ ਅੰਦਰ ਜਾਤ ਪਾਤ ਛੁਆ ਸ਼ਾ ਦਾ ਦੈਂਤ ਸਾਡੇ ਸਮਾਜ ਨੂੰ ਨਿਗਰ ਰਿਹਾ ਸੀ ਤਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਪੂਰੇ ਦਾ ਪੂਰਾ ਜੀਵਨ ਸਾਡੇ ਲਈ ਨਿਸ਼ਾਵਰ ਕਰ ਦਿੱਤਾ ਕਿ ਜਿਸ ਇਨਸਾਨ ਨੇ ਉਹਨਾਂ ਮਹਾਨ ਰਾਜਾ ਮਹਾਰਾਜਾਂ ਦੇ ਨਾਲ ਟੱਕਰ ਲੈ ਕੇ ਇਸ ਸਮਾਜ ਨੂੰ ਗੁਲਾਮੀ ਦੀਆਂ ਬੇੜੀਆਂ ਨੂੰ ਕੱਟ ਕੇ ਆਜ਼ਾਦੀ ਦੀ ਨੀਂਹ ਰੱਖੀ ਅੱਜ ਇੱਕ ਮੁਹੱਲੇ ਦੇ ਪ੍ਰਧਾਨ ਨੂੰ ਚੁਗਾਉਣਾ ਹੋਵੇ ਤਾਂ ਪਤਾ ਨਹੀਂ ਕਿੰਨਾ ਕੁਝ ਕਰਨਾ ਪੈਂਦਾ ਲੇਕਿਨ ਇਕੱਲੇ ਹੀ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਦੇ 52 ਰਾਜੇ ਰਾਣੀਆਂ ਨੂੰ ਆਪਣੇ ਚਰਨਾਂ ਦੇ ਵਿੱਚ ਚੁਲਕਾ ਚੁਕਾਇਆ ਔਰ ਬਾਣੀ ਵਿੱਚ ਲਿਖਤਾ ਆਹ ਪੰਡੇ ਮੁਝ ਕੋ ਡੰਡੌਤ ਕਰਤ ਹੈ ਜਿਸ ਸਮਾਜ ਨੂੰ ਗਰਮੀ ਦੇ ਅੰਦਰ ਤਪਦੇ ਸੂਰਜ ਦੇ ਉੱਤੇ ਥੱਲੇ ਸੜਕ ਦੇ ਉੱਤੇ ਚੱਲ ਨਹੀਂ ਸਕਦਾ ਸੀ ਪਰਸ਼ਾਵੇਂ ਨਾਲ ਇਨਸਾਨ ਪਿੱਟ ਜਾਂਦਾ ਸੀ ਉਸ ਇਨਸਾਨ ਦੇ ਚਰਨਾਂ ਦੇ ਵਿੱਚ ਰਾਜੇ ਮਹਾਰਾਜੇ ਆ ਕੇ ਚੁਕੇ ਲੇਕਿਨ ਸਤਿਗੁਰੂ ਰਵਿਦਾਸ ਮਹਾਰਾਜ ਚਰਨਾ ਵਿੱਚ ਤਾਂ 52 ਰਾਜੇ ਚੁਕੇ ਇੱਕ ਰਾਜੇ ਦੇ ਦਰਬਾਰ ਦੇ ਵਿੱਚ ਪਤਾ ਨਹੀਂ ਕਿੰਨੇ ਅਕਬਰ ਹੋਇਆ ਕਰਦੇ ਆ ਤਾਂ 52 ਰਾਜੇ ਸਤਿਗੁਰਾਂ ਦੇ ਚਰਨਾ ਵਿੱਚ ਚੁਕੇ ਅੱਜ ਅਸੀਂ ਉਸ ਸਤਿਗੁਰੂ ਤੋਂ ਬੇਮੁਖ ਹੋ ਕੇ ਆਪਣੀਆਂ ਘਰੇਲੂ ਗੱਲਾਂ ਵਿੱਚ ਹੀ ਰੁੱਝੇ ਰਹਿੰਦੇ ਆ ਆਉਨੇ ਆ 2 ਮਿੰਟ ਗੱਲ ਸੁਣਦੇ ਆ ਔਰ ਲੰਗਰ ਛਕਦੇ ਆ ਮੱਥਾ ਟੇਕੇ ਘਰਾਂ ਨੂੰ ਚਲੇ ਜਾਂਦੇ ਆ ਲੇਕਿਨ ਕਦੀ ਮਕਸਦ ਨਹੀਂ ਬਣਾਇਆ ਕਿ ਸੰਤ ਸਮੇਲਣਾ ਵਿੱਚ ਆਉਣ ਦਾ ਸਾਡਾ ਮਕਸਦ ਕੀ ਹੈ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਦਾ ਸਾਡਾ ਮਕਸਦ ਕੀ ਹੈ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਮਾਦੋ ਵਿਦਿਆ ਹਿਤ ਕੀਨ ਵਿਵੇਕ ਦੀਪਮਲੀਨ ਕਿ ਸਾਨੂੰ ਪੜਨਾ ਲਿਖਣਾ ਚਾਹੀਦਾ ਸਾਧ ਸੰਗਤ ਮਿਲ ਰਈਏ ਮਾਦੋ ਜੈਸੇ ਮਧੁਮ ਮਖੀਰਾਂ ਸਾਨੂੰ ਸ਼ਹਿਦ ਦੀਆਂ ਮੱਖੀਆਂ ਵਾਂਗੂ ਇਕੱਠੇ ਰਹਿਣਾ ਚਾਹੀਦਾ ਰਵਿਦਾਸ ਸੂਰਾ ਸੋਈ ਪਲੈ ਜੋ ਲੜੇ ਧਰਮ ਕੇ ਹੇਤ ਅੰਗ ਅੰਗ ਕੱਟ ਪੋਈਂ ਗਿਰਹਿ ਕਬਹੂ ਨਾ ਛਾੜੇ ਖੇਤ ਸਾਨੂੰ ਆਪਣੇ ਜੀਵਨ ਦਾ ਪੱਧਰ ਉੱਚਾ ਚੱਕਣ ਦੇ ਲਈ ਪਲ-ਪਲ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਆਉਣ ਵਾਲੇ ਨਵੀਂ ਜਨਰੇਸ਼ਨ ਜਿਹੜੀ ਆ ਉਹ ਦੇਸ਼ ਦੀ ਔਰ ਸਮਾਜ ਦੀ ਚੰਗੀ ਜਨਰੇਸ਼ਨ ਬਣ ਸਕੇ ਸਤਿਗੁਰੂ ਰਵੀਦਾਸ ਮਹਾਰਾਜ ਜੀ 151 ਸਾਲ 8 ਮਹੀਨੇ 22 ਦਿਨ ਇਸ ਸਮਾਜ ਦੇ ਸੰਘਰਸ਼ ਕਰਕੇ ਇਸ ਸੰਸਾਰ ਤੋਂ ਚਲੇ ਗਏ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਨੇ ਪੂਰੇ ਦਾ ਪੂਰਾ ਜੀਵਨ ਇਸ ਸਮਾਜ ਦੇ ਲਈ ਸੰਘਰਸ਼ ਕੀਤਾ ਔਰ ਘਰ ਬੈਠਿਆਂ ਨੂੰ ਸਾਰੇ ਅਧਿਕਾਰ ਲੈ ਕੇ ਦਿੱਤੇ ਉਹ ਵੀ ਇਸ ਸੰਸਾਰ ਤੋਂ ਚਲੇ ਗਏ ਲੇਕਿਨ ਅਸੀਂ ਨਾਤਾ ਸਤਗੁਰੂ ਰਵਿਦਾਸ ਮਹਾਰਾਜ ਸੰਘਰਸ਼ ਦਾ ਕਦਰ ਕੀਤਾ ਔਰ ਨਾ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਕੀਤੇ ਹੋਏ ਸੰਘਰਸ਼ ਨੂੰ ਅਮਲੀ ਜਮਾ ਪਹਿਨਾਇਆ ਉਸ ਤੋਂ ਬਾਅਦ ਡੇਰਾ ਸਚਕੰਡ ਬੱਲਾਂ ਤੋਂ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਨੇ ਪੂਰੇ ਦਾ ਪੂਰਾ ਜੀਵਨ ਸਮਾਜ ਦੇ ਲੇਖੇ ਲਗਾਇਆ ਜਨਮ ਤੋਂ ਲੈ ਕੇ ਦੇ ਸਰੀਰ ਦੇ ਆਖਰੀ ਸਵਾਸ ਤੱਕ ਇੱਕ ਇੱਕ ਪਲ ਸਮਾਜ ਦੇ ਲੇਖੇ ਲਗਾਇਆ ਔਰ ਜਦੋਂ ਇਸ ਸੰਸਾਰ ਤੋਂ ਗਏ ਤਾਂ ਜਾਂਦੇ ਵਕਤ ਵੀ ਆਪਣੇ ਸ਼ਰੀਰ ਦਾ ਇੱਕ ਇੱਕ ਕਤਰਾ ਖੂਨ ਦਾ ਸਾਡੇ ਲਈ ਵਹਾ ਗਿਆ ਕੀ ਅਸੀਂ ਸੰਤ ਰਾਮਾਨੰਦ ਮਹਾਰਾਜ ਜੀ ਦੁਆਰਾ ਬਹਾਏ ਹੋਏ ਆਪਣੇ ਖੂਨ ਦੀ ਕਦਰ ਪਾਈ ਹੈ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਾਨੂੰ ਇੱਕ ਧਾਰਮਿਕ ਆਜ਼ਾਦੀ ਮਿਲੀ ਜਿਸ ਆਜ਼ਾਦੀ ਦਾ ਸੰਘਰਸ਼ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਕੀਤਾ ਜਿਸ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਲਈ ਬਾਬਾ ਸਾਹਿਬ ਡਾਕਟਰ ਪੀਮਰਾਮ ਬੇੜਕਰ ਜੀ ਨੇ ਸੰਘਰਸ਼ ਕੀਤਾ ਜਿਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਮਾਨਯਵਰ ਸਾਹਿਬ ਸ਼੍ਰੀ ਕਾਸ਼ੀਰਾਮ ਜੀ ਨੇ ਸੰਘਰਸ਼ ਕੀਤਾ ਉਸ ਆਜ਼ਾਦੀ ਨੂੰ ਜੇਕਰ ਸਾਡੇ ਚਰਨਾਂ ਦੇ ਵਿੱਚ ਆਜ਼ਾਦੀ ਲੈਂਦੀ ਹੈ ਤਰਵਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਨੇ ਲੈਂਦੀ ਹੈ ਜਦੋਂ ਵੀ ਅਸੀਂ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਮੰਨਦੇ ਸੀ ਤਾਂ ਸਾਡੇ ਉੱਤੇ ਬੰਦਸ਼ਾਂ ਲਗਾਈਆਂ ਜਾਂਦੀਆਂ ਸੀ ਕਿ ਤੁਸੀਂ ਇਸ ਗ੍ਰੰਥ ਨੂੰ ਇਸ ਤਰੀਕੇ ਨਾਲ ਮੰਨ ਸਕਦੇ ਆ ਇਸ ਤਰੀਕੇ ਨਾਲ ਨਹੀਂ ਮੰਨ ਸਕਦੇ ਤਾਂ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਸਦਕਾ ਸਾਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਰਬਿੰਦ ਤੋਂ ਉਚਾਰਣ ਕੀਤੀ ਹੋਈ ਅੰਮ੍ਰਿਤ ਬਾਣੀ ਨਸੀਬ ਹੋਈ ਹੈ। ਔਰ ਸਤਗੁਰ ਸੰਤ ਰਾਮਾਨੰਦ ਮਹਾਰਾਜੀ ਦੀ ਸ਼ਹਾਦਤ ਸਦਕਾ ਸਾਨੂੰ ਰਵਿਦਾਸੀਆ ਕੌਮ ਦਾ ਮੱਕਾ ਜਿਹਦਾ ਮੁਸਲਮਾਨਾਂ ਦਾ ਮੱਕਾ ਸਾਊਦੀ ਅਰਬ ਦੇ ਵਿੱਚ ਹੈ ਔਰ ਸਾਨੂੰ ਮੱਕਾਕਾਂਸ਼ੀ ਬਨਾਸ ਦੀ ਧਰਤੀ ਦੇ ਉੱਤੇ ਨਸੀਬ ਹੋਇਆ। ਔਰ ਸਤ ਸਾਥ ਸੰਗਤ ਜੀਓ ਸਾਨੂੰ ਜੇਕਰ ਅਸੀਂ ਆਪਣੇ ਜੀਵਨ ਦਾ ਉਧਾਰ ਉੱਚਾ ਕਰਨਾ ਤਾਂ ਆਓ ਅੱਜ ਦੇ ਦਿਨ ਦੇ ਉਤੇ ਪ੍ਰਣ ਕਰੀਏ ਕਿ ਆਉਣ ਵਾਲੇ ਬੱਚਿਆਂ ਨੂੰ ਅਸੀਂ ਸਤਗੁਰੂ ਰਵਿਦਾਸ ਮਹਾਰਾਜੀ ਦੇ ਲੜ ਲਾਈਏ ਸੰਤ ਰਾਮਾਨੰਦ ਮਹਾਰਾਜੀ ਉਹ ਦੁਆਰਾ ਦਰਸਾਏ ਹੋਏ ਮਾਰਗ ਤੇ ਚੱਲੀਏ ਤਾਈਓ ਇਸ ਦੁਨੀਆ ਦੇ ਵਿੱਚ ਰਵਿਦਾਸੀਆ ਕੌਮ ਦੇ ਹਰ ਦਾ ਝੰਡਾ ਜਿਹੜਾ ਬੁਲੰਦ ਹੋ ਸਕਦਾ ਹੈ ਉਹ ਬਲੰਦ ਉਨੀ ਦੇਰ ਹੋਣਾ ਜਦੋਂ ਅਸੀਂ ਆਪਣੇ ਗਿੱਟਿਆਂ ਵਿੱਚ ਜਾਨ ਪੈਦਾ ਕਰਕੇ ਸਤਿਗੁਰੂ ਰਵਿਦਾਸ ਜਰ ਦਾ ਮਿਸ਼ਨ ਦਾ ਆਪਣੇ ਬੱਚਿਆਂ ਦੇ ਵਿੱਚ ਚਾਨਣਾ ਪਾ ਕੇ ਬੱਚਿਆਂ ਨੂੰ ਤਿਆਰ ਕਰਾਂਗੇ ਸੰਤ ਰਾਮ ਆਨੰਦ ਮਹਾਰਾਜੀ ਕਿਹਾ ਕਰਦੇ ਸਨ ਕਿ ਬੱਚਾ ਬੱਚਾ ਕੌਮ ਦਾ ਬੱਬਰ ਸ਼ੇਰ ਬਣਾਉਣਾ ਹੈ ਦੁਬਈ ਦੀ ਸਟੇਜ ਤੋਂ ਸੰਤ ਰਾਮ ਆਨੰਦ ਮਹਾਰਾਜੀ ਨੇ ਕਿਹਾ ਸੀ ਕਿ ਇਸ ਜੀਵਨ ਦੇ ਅੰਦਰ ਸਵਾਸ ਬਹੁਤ ਥੋੜੇ ਹੈ ਜ਼ਿੰਦਗੀ ਦੀ ਮਨਿਆਦ ਬਹੁਤ ਥੋੜੀ ਹੈ ਔਰ ਅਗਰ ਤੁਸੀਂ ਇਸ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਕਾਰਜ ਕਰ ਗਿਓ ਤਾਂ ਸਾਡੇ ਤੁਹਾਡੇ ਲਈ ਬਹੁਤ ਹੀ ਵਧੀਆ ਗੱਲ ਹੋਵੇਗੀ ਜੇਕਰ ਅਸੀਂ ਆਪਣੇ ਦਿਲੋਂ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਮੰਨਦੇ ਆ ਤਾਂ ਆਓ ਅੱਜ ਦੇ ਦਿਨ ਤੇ ਉੱਤੇ ਪ੍ਰਣ ਕਰੀਏ ਕਿ ਸੰਤ ਰਾਮਾਨੰਦ ਮਹਾਰਾਜ ਜੀ ਦਾ ਦਰਸਾਇਆ ਹੋਇਆ ਮਾਰਗ ਚਲੋ ਬਨਾਰਸਾ ਸੰਗਤ ਜੀ ਇੱਕ ਇਤਿਹਾਸ ਲਿਚਾਉਣਾ ਹੈ ਗੁਰੂ ਰਵੀਦਾਸ ਜੀ ਦੇ ਮੰਦਰ ਨੂੰ ਸੋਨੇ ਵਿੱਚ ਮਢਾਉਣਾ ਹੈ ਤਾਂ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜਨਮ ਦਿਹਾੜਾ 5640ਵਾਂ ਮਨਾ ਰਹੇ ਆ ਸੋ ਜਿੱਥੇ ਮੈਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਉੱਥੇ ਨਾਲ ਦੀ ਨਾਲ ਆਸ ਰੱਖਦਾ ਕਿ ਤੁਸੀਂ ਗੁਰੂ ਰਵਿਦਾਸ ਮਹਾਰਾਜ ਦਾ ਮਿਸ਼ਨ ਆਪਣੇ ਬੱਚਿਆਂ ਦੇ ਮਨਾਂ ਦੇ ਅੰਦਰ ਜ਼ਰੂਰ ਭਰੋਗੇ ਪੜਾਈਆਂ ਅਸੀਂ ਸਕੂਲਾਂ ਵਿੱਚ ਕਰਦੇ ਆ ਇੱਕ ਦੁਨਿਆਵੀ ਪੜਾਈ ਐ ਐਜੂਕੇਸ਼ਨ ਪ੍ਰਾਪਤ ਕਰਕੇ ਅਸੀਂ ਆਪਣਾ ਜੀਵਨ ਪੱਧਰ ਉੱਚਾ ਕਰ ਸਕਦੇ ਆ ਲੇਕਿਨ ਇਸ ਐਜੂਕੇਸ਼ਨ ਦੇ ਨਾਲ ਨਾਲ ਇੱਕ ਸਮਾਜਿਕ ਪੜਾਈ ਵੀ ਜ਼ਰੂਰੀ ਆ ਡਾਕਟਰ ਅੰਬੇਡਕਰ ਨੇ 40 ਇਨਸਾਨਾਂ ਨੂੰ ਪੜਾਇਆ ਲਿਖਾਇਆ ਉਹਨਾਂ ਨੂੰ ਨੌਕਰੀਆਂ ਤੇ ਲਗਾਇਆ ਜਦੋਂ ਉਹ 40 ਦੇ 40 ਨੌਕਰੀਆਂ ਤੇ ਲੱਗਿਆ ਉਹ 40 ਦੇ 40 바ਵਾ ਸਾਹਿਬ ਨੂੰ ਛੱਡ ਕੇ ਆਪਣੇ ਘਰਾਂ ਨੂੰ ਆ ਗਏ ਆਪਣੇ ਬੱਚਿਆਂ ਦਾ ਪੇਟ ਪਾਲਣ ਲੱਗ ਪਏ ਤਾਂ ਡਾਕਟਰ ਅੰਬੇਡਕਰ ਨੇ ਦੁਖੀ ਹੋ ਕੇ ਕਿਹਾ ਸੀ ਜੇਕਰ ਮੈਨੂੰ ਮੇਰੇ ਜੀਵਨ ਦੇ ਅੰਦਰ ਕਿਸੇ ਨੇ ਧੋਖਾ ਦਿੱਤਾ ਤਾਂ ਸਭ ਤੋਂ ਜ਼ਿਆਦਾ ਧੋਖਾ ਮੈਨੂੰ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਇਸ ਕਰਕੇ ਸਾਨੂੰ ਉਸ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਪੜ੍ਹਾਈ ਵੀ ਜ਼ਰੂਰੀ ਆ ਧਾਰਮਿਕ ਪੜ੍ਹਾਈ ਵੀ ਜ਼ਰੂਰੀ ਆ ਸੋ ਆਓ ਆਪਾਂ ਆਪਣੇ ਬੱਚਿਆਂ ਨੂੰ 바ਵਾ ਸਾਹਿਬ ਸਤਗੁਰੂ ਰਵਿਦਾਸ ਮਹਾਰਾਜ ਜੀ ਭਗਵਾਨ ਬਾਲਮਿਕੀ ਮਹਾਰਾਜ ਜੀ ਦੀ ਜੋ ਅਵੇਅਰ ਕਰਿਏ ਤਾਂ ਜੋ ਆਪਾਂ ਇਸ ਦੇਸ਼ ਦੇ ਅੰਦਰ ਹਰ ਦਾ ਨਿਸ਼ਾਨ ਬੁਲੰਦ ਕਰ ਸਕੀਏ ਜੈ ਗੁਰਦੇਵ ਤਨ ਗੁਰਦੇਵ ਜੀ